ਸਾਤ੍ਰੀਕਾਲ ਸਾਰਿਆਂ ਨੂੰ ਮਾਸਟਰ ਕੈਡਰ ਯੂਨੀਅਨ ਚੈਨਲ ਤੇ ਤੁਹਾਡਾ ਸਵਾਗਤ ਹੈ। ਵੀਡੀਓ ਦੇ ਵਿੱਚ ਗੱਲ ਕਰਾਂਗੇ ਈਟੀਟੀ 2364 ਭਰਤੀ ਨਾਲ ਸੰਬੰਧਿਤ ਕੱਟਆਫ ਦੇ ਬਾਰੇ। ਕਿਉਂਕਿ ਈਟੀਟੀ 2364 ਭਰਤੀ ਦੀ ਪਹਿਲੀ ਲਿਸਟ ਜਾਰੀ ਹੋਣ ਤੋਂ ਬਾਅਦ ਜਿਹੜੀ ਭਰਤੀ ਦੀ ਮੈਰਿਟ ਹੈ ਹਰ ਇੱਕ ਕੈਟਾਗਰੀ ਦੀ ਉਹ ਬਹੁਤ ਜ਼ਿਆਦਾ ਡਾਊਨ ਜਾਊਗੀ। ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕੱਲੀ-ਕੱਲੀ ਕੈਟਾਗਰੀ ਬਾਰੇ ਸਮਝਾਵਾਂਗੇ ਕਿ ਕਿਹੜੀ ਕੈਟਾਗਰੀਆਂ ਕਿੰਨੀਆਂ ਪੋਸਟਾਂ ਖਾਲੀ ਨੇ। ਅਤੇ ਮੈਰਿਟਾ ਜਿਹੜੀ ਉਹ ਕਿੰਨੀ ਹੋਰ ਡਾਊਨ ਜਾਊਗੀ ਕਿਉਂਕਿ ਹਰ ਇੱਕ ਕੈਟਾਗਰੀ ਦੀ ਜਿਹੜੀ ਮੈਰਿਟਾ ਉਹ ਬਹੁਤ ਜ਼ਿਆਦਾ ਡਾਊਨ ਜਾ ਰਹੀ ਆ ਪਹਿਲੀ ਲਿਸਟ ਜਾਰੀ ਹੋਣ ਤੋਂ ਬਾਅਦ ਜਿਵੇਂ ਜਿਵੇਂ ਸੈਕੰਡ ਲਿਸਟ ਆਊਗੀ ਜਾਂ ਜਿੰਨਾ ਸਾਥੀਆਂ ਦੇ ਨੰਬਰ ਘਟ ਨੇ ਜਿਨ੍ਹਾਂ ਦੇ ਜਿਵੇਂ ਕਿ ਜਿੱਥੇ ਹੁਣ ਪਹਿਲੀ ਲਿਸਟ ਅਕੋਰਡਿੰਗ ਕੱਟਆਫ ਜਿਹੜੀ ਖੜੀ ਆ ਤਾਂ ਜਿਨ੍ਹਾਂ ਦੇ ਉਹ ਦੂ ਕਿਸ ਦੇ ਪੰਜ ਨੰਬਰ ਸੱਤ ਨੰਬਰ ਘਟ ਨੇ ਉਹ ਸਾਥੀ ਬਿਲਕੁਲ ਨਾ ਘਬਰਾਉਣਾ ਉਹਨਾਂ ਲਈ ਇੱਕ ਬਹੁਤ ਵੱਡੀ ਅਪਡੇਟ ਆ ਜਿਹੜੀ ਇਸ ਵੀਡੀਓ ਦੇ ਵਿੱਚ ਆਪਾਂ ਸਾਂਝੀ ਕਰਾਂਗੇ ਉਨ੍ਹਾਂ ਦਾ ਜਿਹੜਾ ਨੰਬਰ ਹੈ 2364 ਭਰਤੀ ਦੇ ਵਿੱਚ ਪੱਕਾ ਹੀ ਆਊਗਾ ਵੀਡੀਓ ਨੂੰ ਅਖੀਰ ਤੱਕ ਧਿਆਨ ਨਾਲ ਸੁਣਿਓ ਕਿਉਂਕਿ ਮੈਰਿਟਾ ਜਿਹੜੀ ਹਰ ਇੱਕ ਕੈਟਾਗਰੀ ਦੀ ਡਾਊਨ ਜਾਊਗੀ ਹੀ ਜਾਊਗੀ ਇਸ ਕਰਕੇ ਸਾਰੇ ਸਾਥੀਆਂ ਨੂੰ ਬੇਨਤੀ ਆ ਇੱਕ ਇਹਦਾ ਹੋਰ ਵੱਡਾ ਫਾਇਦਾ ਜਿਹੜਾ ਉਹ 8994 ਭਰਤੀ ਨੂੰ ਵੀ ਹੋਊਗਾ ਕਿਉਂਕਿ ਜਿਵੇਂ ਜਿਵੇਂ 2364 ਭਰਤੀ ਦੀ ਮੈਰਿਟਾ ਡਾਊਨ ਜਾਊਗੀ ਉਸੇ ਤਰ੍ਹਾਂ 8994 ਵਾਲੇ ਘੱਟ ਨੰਬਰਾਂ ਵਾਲੇ ਜਿਹੜੇ ਕੈਂਡੀਡੇਟ ਨੇ ਉਹ ਵੀ ਉਹਨਾਂ ਦਾ ਵੀ ਨੰਬਰ ਜਿਹੜਾ 5994 ਭਰਤੀ ਦੇ ਵਿੱਚ ਆਊਗਾ ਫਿਰ ਹਾਲ ਆਪਾਂ ਇਸ ਵੀਡੀਓ ਦੇ ਵਿੱਚ 2364 ਭਰਤੀ ਬਾਰੇ ਗੱਲ ਕਰਾਂਗੇ ਜਿਹੜੇ ਸਾਥੀਆਂ ਦੇ ਨੰਬਰ ਥੋੜੇ ਥੋੜੇ ਘਟ ਨੇ ਜਿਨ੍ਹਾਂ ਨੂੰ ਲੱਗਦਾ ਕਿ ਸਾਡੇ 2 2 4 4 5 5 ਨੰਬਰ ਘਟ ਨੇ ਤਾਂ ਉਹ ਬਿਲਕੁਲ ਨਾ ਘਬਰਾਉਣਾ ਥੋੜਾ ਜਿਹਾ ਉਡੀਕ ਕਰਨਾ ਉਹਨਾਂ ਦਾ ਨੰਬਰ ਜਿਹੜਾ ਦੂਸਰੀ ਜਾਂ ਤੀਸਰੀ ਲਿਸਟ ਦੇ ਵਿੱਚ ਪੱਕਾ ਹੀ ਆਊਗਾ ਇਸ ਕਰਕੇ ਸਾਰੇ ਸਾਥੀਆਂ ਨੂੰ ਬੇਨਤੀ ਆ ਇਹ ਵੀਡੀਓ ਥੋੜੀ ਲੰਬੀ ਬਣੂਗੀ ਕਿਉਂਕਿ ਮੈਂ ਤੁਹਾਨੂੰ ਕੱਲੀ ਕੱਲੀ ਕੈਟਾਗਰੀ ਬਾਰੇ ਇਸ ਵੀਡੀਓ ਦੇ ਵਿੱਚ ਸਮਝਾਉਂਗਾ ਤਾਂ ਤੁਸੀਂ ਵੀਡੀਓ ਨੂੰ ਉਦੋਂ ਸੁਣਿਓ ਜਦੋਂ ਤੁਹਾਡੇ ਕੋਲੇ ਪੂਰਾ ਟਾਈਮ ਹੋਊਗਾ ਪੂਰੇ ਧਿਆਨ ਨਾਲ ਵੀਡੀਓ ਸੁਣਿਓ ਅਤੇ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤੇ ਜਿੰਨਾ ਸਾਥੀਆਂ ਨੇ ਆਪਣਾ ਚੈਨਲ ਮਾਸਟਰ ਕੈਡਰ ਯੂਨੀਅਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਚੈਨਲ ਵੀ ਸਬਸਕ੍ਰਾਈਬ ਕਰ ਦੇਣਾ ਤਾਂ ਕਿ 2364 ਭਰਤੀ 5994 ਭਰਤੀ ਜਾਂ ਸਿੱਖਿਆ ਵਿਭਾਗ ਦੀ ਕਿਸੇ ਵੀ ਭਰਤੀ ਸੰਬੰਧੀ ਕੋਈ ਵੀ ਅਪਡੇਟ ਆਉਂਦੀ ਹੈ ਉਹਦੀ ਜਾਣਕਾਰੀ ਆਪਾਂ ਤੁਹਾਨੂੰ ਦਿੰਦੇ ਰਹਿੰਦੇ ਆਂ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਪ੍ਰੈਸ ਕਰ ਦਿਓ ਅਤੇ ਨਾਲ ਹੀ ਆਪਣਾ ਇੱਕ WhatsApp ਦਾ ਜੋ ਚੈਨਲ ਬਣਿਆ ਹੋਇਆ ਹੈ ਜੋ ਹੁਣ WhatsApp ਤੇ ਨਵੇਂ ਚੈਨਲ ਬਣਨ ਲੱਗਿਆ ਹੈ ਉਹਦਾ ਲਿੰਕ ਤੁਹਾਨੂੰ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਮਿਲ ਜੂਗਾ ਜਦੋਂ ਤੁਸੀਂ ਵੀਡੀਓ ਦੇ ਕਮੈਂਟਸ ਨੂੰ ਓਪਨ ਕਰੋਗੇ ਤਾਂ ਸਭ ਤੋਂ ਪਹਿਲੇ ਨੰਬਰ ਤੇ ਇੱਕ ਪਿੰਨ ਕੀਤਾ ਹੋਇਆ ਕਮੈਂਟ ਹੈ ਜਿਹੜਾ ਸਾਡੇ ਵੱਲੋਂ ਤੁਹਾਨੂੰ ਉੱਥੇ ਮਿਲੂਗਾ ਤੁਸੀਂ ਉਸ ਪਿੰਨ ਕੀਤੇ ਹੋਏ ਕਮੈਂਟ ਦੇ ਵਿੱਚੋਂ ਆਪਣਾ WhatsApp ਗਰੁੱਪ ਦੇ ਲਿੰਕ ਦੇ ਕਲਿੱਕ ਕਰਕੇ ਆਪਣਾ ਗਰੁੱਪ ਜੁਆਇਨ ਕਰ ਲਿਓ ਤਾਂ ਕਿ ਡਿਪਾਰਟਮੈਂਟ ਦੀ ਅਪਡੇਟ ਤੁਹਾਨੂੰ ਉੱਥੇ ਮਿਲਦੀ ਰਹੇ WhatsApp ਦੇ ਉੱਪਰ ਹੀ ਅਤੇ ਨਾਲ ਹੀ ਤੁਹਾਡੇ 2364 ਭਰਤੀ ਦੇ ਵਿੱਚੋਂ ਕਿੰਨੇ ਨੰਬਰ ਨੇ 9594 ਚੋਂ ਕਿੰਨੇ ਨੰਬਰ ਨੇ ਆਪਣੇ ਨੰਬਰ ਜਰੂਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਦਿਓ ਤਾਂ ਹੁਣ ਆਪਾਂ ਗੱਲਬਾਤ ਕਰਦੇ ਆਂ ਕੱਟਆਫ ਦੇ ਬਾਰੇ ਕਿ ਮੈਰਿਟਾ ਜਿਹੜੀ ਡਾਊਨ ਆ ਹੋ ਕਿੰਨੀ ਜਾਊਗੀ ਕਿਵੇਂ ਜਾਊਗੀ ਸਾਰੇ ਸਾਥੀਆਂ ਨੂੰ ਬੇਨਤੀ ਆ ਵੀਡੀਓ ਨੂੰ ਪੂਰੇ ਧਿਆਨ ਨਾਲ ਸੁਣਿਓ ਅਖੀਰ ਤੱਕ ਤਾਂ ਸਭ ਤੋਂ ਪਹਿਲਾਂ ਤਾਂ ਜਿਵੇਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਜਿਹੜਾ ਇਹ ਜਦੋਂ 1664 ਪੋਸਟਾਂ ਦੇ ਵਿੱਚ ਵਾਅਦਾ ਕੀਤਾ ਗਿਆ ਸੀ 23 6 2020 ਨੂੰ ਤਾਂ 2364 ਭਰਤੀ ਬਣੀ ਸੀ ਉਸ ਦੇ ਅਕੋਰਡਿੰਗ ਕਿਹੜੀ ਕੈਟਾਗਰੀ ਦੀਆਂ ਕਿੰਨੀਆਂ ਪੋਸਟਾਂ ਨੇ ਹੁਣ ਕਿੰਨੀਆਂ ਭਰੀਆਂ ਗਈਆਂ ਪਹਿਲੀ ਲਿਸਟ ਦੇ ਮੁਤਾਬਕ ਕਿੰਨਿਆਂ ਦੀ ਲਿਸਟ ਆਈ ਹੈ ਤੇ ਕਿਹੜੀ ਕੈਟਾਗਰੀ ਦੀਆਂ ਕਿੰਨੀਆਂ ਖਾਲੀ ਨੇ ਤੇ ਹੁਣ ਕੱਟਆਫ ਜਿਹੜੀ ਹੋਰ ਕਿਵੇਂ ਡਾਊਨ ਜਾਊਗੀ ਆਪਾਂ ਕੱਲੀ-ਕੱਲੀ ਕੈਟਾਗਰੀ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਓਪਨ ਤੋਂ ਜਨਰਲ ਕੈਟਾਗਰੀ ਦੇ ਵਿੱਚ ਟੋਟਲ 663 ਪੋਸਟਾਂ ਨੇ ਅਤੇ 663 ਹੀ ਕੈਂਡੀਡੇਟ ਨੂੰ ਜਿਹੜਾ ਪਹਿਲੀ ਲਿਸਟ ਦੇ ਵਿੱਚ ਬੁਲਾਇਆ ਗਿਆ ਪਰ ਉਹਦੇ ਵਿੱਚ ਇੱਕ ਧਿਆਨ ਦੇਣ ਵਾਲੀ ਗੱਲ ਇਹ ਆ ਕਿ ਕਾਫੀ ਕੈਂਡੀਡੇਟ ਉਹਦੇ ਵਿੱਚ ਜਿਹੜੇ ਵਿਧੇਹੈਲਡ ਰੱਖੇ ਗਏ ਨੇ ਜਾਨਕਿ ਜਿਨ੍ਹਾਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਹਜੇ ਪੂਰੀ ਨਹੀਂ ਹੋਈ ਉਹਨਾਂ ਦੇ ਕਿਸੇ ਨਾ ਕਿਸੇ ਡਾਕੂਮੈਂਟ ਦੀ ਘਾਟ ਆ ਕਿਉਂਕਿ ਵਿਦ ਹੈਲਡ ਵਾਲੇ ਬਹੁਤ ਘੱਟ ਸਟੂਡੈਂਟ ਹੁੰਦੇ ਨੇ ਜਿਹੜੇ ਕਲੀਅਰ ਕਰ ਪਾਉਂਦੇ ਨੇ ਇਸ ਕਰਕੇ 663 ਦੇ ਵਿੱਚੋਂ ਜਿੰਨੇ ਵਿਦ ਹੈਲਡ ਵਾਲੇ ਨੇ ਸਪੋਜ਼ ਕਰੋ ਉਹਨਾਂ ਦੇ ਵਿੱਚੋਂ ਕੁਝ ਕੁ ਕੈਂਡੀਡੇਟ ਹੀ ਹੋਣਗੇ ਜਿਹੜੇ ਪ੍ਰੋਪਰ एलिਜੀਬਲ ਹੋਣਗੇ ਬਾਕੀਆਂ ਦੀ ਪਾਤਰਤਾ ਕਈਆਂ ਦੀ ਰੱਦ ਹੋ ਸਕਦੀ ਆ ਤਾਂ ਫਿਲਹਾਲ ਤਾਂ ਚਲੋ ਜਰਨਲ ਦੇ ਵਿੱਚ 663 ਕੈਂਡੀਡੇਟ ਨੇ ਤਾਂ 663 ਨੂੰ ਹੀ ਬਲੈਗ ਆ ਤੇ ਲਾਸਟ ਕੱਟ ਆਫ ਨੰਬਰ ਆ ਜਿਹੜਾ 65 ਨੰਬਰ ਤੱਕ ਹੈ ਪਰ ਇਹਦੇ ਵਿੱਚ ਇੱਕ ਦੇਖਣ ਵਾਲੀ ਹੋਰ ਗੱਲ ਆ ਇਹਨਾਂ ਵਿੱਚੋਂ ਬਹੁਤ ਸਾਥੀ ਇਦਾਂ ਦੇ ਨੇ ਜਿਹੜੇ 6435 ਭਰਤੀ ਵਿੱਚ ਆਲਰੇਡੀ ਸਿਲੈਕਟ ਹੋ ਚੁੱਕੇ ਨੇ ਜਾਂ ਕਈਆਂ ਦਾ ਨੰਬਰ ਜਿਹੜਾ BEd ਦੀ ਭਰਤੀ ਆਈ ਸੀ ਮਾਸਟਰ ਗ੍ਰੈਜੂਏਟ 41 ਕਟ ਉਹਦੇ ਵਿੱਚ ਵੀ ਨਾਮ ਆਇਆ ਹੋਊਗਾ ਕਈਆਂ ਨੇ BEd ਵੀ ਕੀਤੀ ਹੁੰਦੀ ਹੈ ਤਾਂ ਇਸ ਕਰਕੇ ਜਨਰਲ ਕੈਟਾਗਰੀ ਦੀ ਜਦੋਂ ਪਹਿਲੀ ਲਿਸਟ ਕੰਪਲੀਟ ਹੋਊਗੀ ਪਹਿਲੀ ਸਿਲੈਕਸ਼ਨ ਲਿਸਟ ਦੀ ਜੁਆਇਨਿੰਗ ਹੋਊਗੀ ਤਾਂ ਦੂਸਰੀ ਲਿਸਟ ਪੱਕੀ ਹੀ ਆਊਗੀ ਤੇ ਘੱਟੋ ਘੱਟ 100 150 ਬੰਦਾ ਹੋਰ ਜਿਹੜੀ ਮੈਰਿਟ ਆ ਉਹ ਡਾਊਨ ਜਾਊਗੀ ਇਹ ਜਾਊਗੇ 100 150 ਪਲੱਸ ਜਿਹੜਾ ਬੰਦੇ ਨਵੇਂ ਬੁਲਾਏ ਜਾਣਗੇ ਤਾਂ ਇਹਦੇ ਵਿੱਚ ਜਿਹੜੀ ਕੱਟ ਆਫ ਹੈ ਜਨਰਲ ਦੀ ਉਹ ਬਹੁਤ ਜ਼ਿਆਦਾ ਡਾਊਨ ਜਾਊਗੀ ਫਿਲਹਾਲ ਪਹਿਲੀ ਲਿਸਟ ਦੇ ਵਿੱਚ ਕੋਈ ਵੀ ਖਾਲੀ ਨਹੀਂ ਰੱਖਿਆ ਗਿਆ ਹਾਲਾਂਕਿ ਵਿਦ ਹੇਲਡ ਰੱਖੇ ਗਏ ਨੇ ਤਾਂ ਬਾਕੀ ਮੈਂ ਤੁਹਾਨੂੰ ਐਂਡ ਤੇ ਕਟ-ਆਫ ਬਾਰੇ ਦੱਸੂਗਾ ਵੀ ਕਿਹੜੀ ਦੀ ਕਿੰਨੀ ਕਿੰਨੀ ਡਾਊਨ ਜਾ ਸਕਦੀ ਹੈ ਫਿਲਹਾਲ ਮੈਂ ਇਹ ਦੱਸਦਾ ਤੁਹਾਨੂੰ ਇਸ ਤੋਂ ਬਾਅਦ ਜਿਹੜਾ ਸਭ ਤੋਂ ਵੱਡਾ ਫਾਇਦਾ ਕਿਹੜੀ ਕੈਟਾਗਰੀ ਨੂੰ ਹੋਊਗਾ ਤਾਂ ਐਸਸੀ ਐਮਬੀ ਕੈਟਾਗਰੀ ਐਸਸੀ ਐਮਬੀ ਕੈਟਾਗਰੀ ਦੀਆਂ ਜਿਵੇਂ ਤੁਸੀਂ ਸਕਰੀਨ ਤੇ ਵੀ ਦੇਖ ਰਹੇ ਹੋ ਤਾਂ ਇਸ ਦੇ ਵਿੱਚ ਐਸਸੀ ਐਮਬੀ ਕੈਟਾਗਰੀਆਂ 468 ਪੋਸਟਾਂ ਨੇ ਜਿਦੇ ਵਿੱਚੋਂ 7 ਪੋਸਟਾਂ ਹਲੇ ਵੀ ਖਾਲੀ ਨੇ ਯਾਨੀ ਕਿ 461 ਬੰਦਿਆਂ ਨੂੰ ਬੁਲਾਇਆ ਗਿਆ ਹੈ ਤਾਂ ਇਹਦੇ ਵਿੱਚ 7 ਪੋਸਟਾਂ ਜਿਹੜੀਆਂ ਖਾਲੀ ਨੇ ਪਹਿਲਾਂ ਤਾਂ ਉਪਰੀਆਂ ਜਾਣਗੀਆਂ ਤੇ ਇਹਦੀ ਕੱਟਆਫ ਹੈ ਜਿਹੜੀ 29 ਨੰਬਰ ਤੱਕ ਰੱਖੀ ਗਈ ਹੈ। ਯਾਨੀ ਕਿ ਐਸਸੀਐਮਬੀ ਦੇ ਜਿੰਨੇ ਕੈਂਡੀਡੇਟ ਨੇ ਸਾਰੇ ਹੀ ਸਿਲੈਕਟ ਹੋਣਗੇ ਫੇਰ ਵੀ ਉਸ ਤੋਂ ਬਾਅਦ ਵੀ ਪੋਸਟਾਂ ਖਾਲੀ ਰਹਿਣਗੀਆਂ। ਖਾਲੀ ਕਿਵੇਂ ਰਹਿਣਗੀਆਂ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ 6435 ਵਿੱਚ ਵੀ ਕਈ ਸਿਲੈਕਟ ਹੋਏ ਨੇ ਤੇ ਕਈ ਇੱਧਰ ਉੱਧਰ ਸਿਲੈਕਟ ਹੋ ਜਾਂਦੇ ਨੇ ਤੇ ਬਾਕੀ ਇਹਨਾਂ 468 ਦੇ ਵਿੱਚੋਂ ਵੀ ਕਈ ਵਿਧ ਹੈਲਡ ਵਾਲੇ ਨੇ ਤੇ ਇਦੇ ਵਿੱਚੋਂ ਪੋਸਟਾਂ ਖਾਲੀ ਰਹਿਣਗੀਆਂ ਜਿਹੜੀਆਂ ਖਾਲੀ ਰਹਿਣਗੀਆਂ ਉਹ ਪੋਸਟਾਂ ਮਿਲਣਗੀਆਂ ਐਸਸੀ ਆਰਓ ਕੈਟਾਗਰੀ ਨੂੰ ਤਾਂ ਆਰਓ ਕੈਟਾਗਰੀ ਦੀ ਜੇਕਰ ਆਪਾਂ ਗੱਲ ਕਰੀਏ ਆਰਓ ਕੈਟਾਗਰੀ ਦੇ ਵਿੱਚ ਟੋਟਲ 467 ਪੋਸਟਾਂ ਨੇ ਜਿਦੇ ਵਿੱਚੋਂ ਸਾਰੇ ਹੀ ਕੈਂਡੀਡੇਟ ਜਿਹੜੇ ਬੁਲਾਏ ਗਏ ਨੇ ਪਰ ਮੈਰਿਟਾ ਜਿਹੜੀ ਉਹਦੀ 56 ਤੇ ਆਇਆ ਤਾਂ ਉਹਦੇ ਵਿੱਚ ਜਦੋਂ ਪਹਿਲੀ ਲਿਸਟ ਕੰਪਲੀਟ ਹੋਊਗੀ ਪਹਿਲੀ ਲਿਸਟ ਕੰਪਲੀਟ ਤੋਂ ਹੋਣ ਤੋਂ ਬਾਅਦ ਤਕਰੀਬਨ 100-150 ਬੰਦੇ ਦਾ ਨੰਬਰ ਜਿਹੜਾ ਦੁਬਾਰਾ ਤੋਂ ਸੈਕੰਡ ਲਿਸਟ ਜਾਂ ਥਰਡ ਲਿਸਟ ਜਦੋਂ ਆਊਗੀ ਤਾਂ 100 ਪਲੱਸ ਬੰਦੇ ਦੀ 150 ਪਲੱਸ ਬੰਦੇ ਦੀ ਜਿਹੜੀ ਸੈਕੰਡ ਤੇ ਥਰਡ ਲਿਸਟ ਆਉਣ ਦੀ ਉਮੀਦ ਹੈ ਤਾਂ ਬਾਕੀ ਕੱਟਆਫ ਬਾਰੇ ਮੈਂ ਫਿਰ ਦੱਸوں ਵੀ ਕਿੰਨੀ ਡਾਊਨ ਜਾਊਗੀ ਫਿਲਹਾਲ 56 ਨੰਬਰ ਤੱਕ ਰੱਖੀ ਗਈ ਹੈ ਵੀਡੀਓ ਦੇ ਐਂਡ ਦੇ ਵਿੱਚ ਇਕੱਲੇ-ਇਕੱਲੇ ਕੈਟਾਗਰੀ ਦੀ ਕੱਟਆਫ ਦੇ ਨੰਬਰ ਵੀ ਆਪਾਂ ਦੱਸਾਂਗੇ ਤਾਂ ਉਸ ਤੋਂ ਬਾਅਦ ਜਿਹੜੇ BC ਕੈਟਾਗਰੀ BC ਕੈਟਾਗਰੀ ਦੀ ਟੋਟਲ 170 ਪੋਸਟਾਂ ਨੇ ਤੇ ਜਿਹਦੇ ਵਿੱਚ 170 ਹੀ ਕੈਂਡੀਡੇਟ ਜਿਹੜੇ ਬੁਲਾਏ ਗਏ ਆ ਤੇ 59 ਨੰਬਰ ਤੇ ਦੀ ਕੱਟਆਫ ਹੈ। ਯਾਨੀ ਕਿ ਇੱਕ ਵੀ ਪੋਸਟ ਖਾਲੀ ਨਹੀਂ ਰੱਖੀ ਗਈ। ਸਿਰਫ ਵਿਦ ਹੈਲਡ ਵਾਲੇ ਹੀ ਖਾਲੀ ਨੇ ਪਰ ਇਹਦੇ ਵਿੱਚ ਵੀ ਜਦੋਂ ਪਹਿਲੀ ਲਿਸਟ ਕੰਪਲੀਟ ਹੋਊਗੀ ਤਾਂ ਇਹਦੀ ਕੱਟਆਫ ਹੈ ਜਿਹੜੀ ਲਗਭਗ ਉਹ 55 56 ਨੰਬਰ ਤੱਕ ਜਾ ਸਕਦੇ। 55 ਨੰਬਰ ਤੱਕ ਬਿਲਕੁਲ ਆਉਣ ਦੀ ਉਮੀਦ ਆ BC ਕੈਟਾਗਰੀ ਦੀ। ਹੁਣ ਜਿਹੜੀ 59 59 ਨੰਬਰ ਤੇ ਆ ਤਾਂ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਅ ਆਪਣੀ ਹੋਗੀ ਜਰਨਲ ਐਮ ਬੀ ਆਰਓ ਤੇ ਇਸ ਤੋਂ ਬਾਅਦ ਬੀਸੀ ਕੈਟਾਗਰੀ ਹੋਗੀ ਤਾਂ ਸਭ ਤੋਂ ਵੱਡੀ ਜਿਹੜੀ ਹੋਰ ਰਹੇਗੀ ਈਡਬਲਿਊਐਸ ਕੈਟਾਗਰੀ ਈਡਬਲਿਊਐਸ ਕੈਟਾਗਰੀ ਦੇ ਵਿੱਚ 170 ਪੋਸਟਾਂ ਨੇ ਕੁੱਲ 170 ਪੋਸਟਾਂ ਚੋਂ 170 ਹੀ ਬੰਦੇ ਜਿਹੜੇ ਬੁਲਾਏ ਗਏ ਆ ਤਾਂ 59 ਨੰਬਰ ਦੀ ਕੱਟਆਫ ਗਈ ਹੈ ਕਿਉਂਕਿ ਜਦੋਂ ਜਰਨਲ ਕੈਟਾਗਰੀ ਦੀ ਪਹਿਲੀ ਲਿਸਟ ਕੰਪਲੀਟ ਹੋਊਗੀ ਕਈ ای ڈبلیو ایس ਦੇ ਸਾਥੀ ਜਿਹੜੇ ਹੁੰਦੇ ਨੇ ਜਿਨ੍ਹਾਂ ਨੇ ਦੋ ਕੈਟਾਗਰੀਆਂ ਦੇ ਵਿੱਚ ਫਿੱਲ ਕੀਤਾ ਹੁੰਦਾ ਸਭ ਤੋਂ ਵੱਡਾ ਫਾਇਦਾ ای ڈبلیو ایس ਕੈਟਾਗਰੀ ਨੂੰ ਇਹ ਹੋਊਗਾ ਜਿਨ੍ਹਾਂ ਨੇ ਦੋ ਕੈਟਾਗਰੀਆਂ ਵਿੱਚ ਫਿੱਲ ਕੀਤਾ ਤੇ ਜਿਨ੍ਹਾਂ ਦਾ ਨੰਬਰ ਜਨਰਲ ਕੈਟਾਗਰੀ ਵਿੱਚ ਆਉਂਦਾ ਉਹ ਜਨਰਲ ਦੇ ਵਿੱਚ ਹੀ ਜੁਆਇਨ ਕਰਨਗੇ ਤਾਂ ਉਸ ਤੋਂ ਬਾਅਦ ਜਦੋਂ ਉਹਨਾਂ ਦੀ ای ڈبلیو ایس ਦੀ ਪਾਤਰਤਾ ਰੱਦ ਕੀਤੀ ਜਾਊਗੀ ਤਾਂ ਨਵੇਂ ਕੈਂਡੀਡੇਟ ਜਿਹੜੇ ਲਗਭਗ 100 ਪਲੱਸ ਬੰਦਾ ਹੋਰ ਆ EWS ਕੈਟਾਗਰੀ ਵਾਲਾ ਜਿਹੜਾ EWS ਦੇ ਵਿੱਚ ਜੁਆਇਨ ਕਰੂਗਾ ਜਾਨਕਿ 170 ਤਾ ਇਹ ਨਹੀਂ ਜਿਹੜੇ ਸਿੱਧੇ ਜੁਆਇਨ ਕਰਨਗੇ ਇਸ ਤੋਂ ਬਾਅਦ ਸੈਕੰਡ ਲਿਸਟ ਜਦੋਂ ਆਊਗੀ ਜਾਂ ਥਰਡ ਆਊਗੀ ਤਾਂ 100 ਪਲੱਸ ਨਵਾਂ ਬੰਦਾ ਜਿਹੜਾ ਹੋਰ ਇਹਦੇ ਵਿੱਚ ਐਡ ਹੋਊਗਾ ਕਿਉਂਕਿ ਜਿਹੜੇ ਜਨਰਲ ਦੇ ਜਿਵੇਂ ਜਿਵੇਂ ਸੈਕੰਡ ਥਰਡ ਲਿਸਟ ਆਊਗੀ ਉਮੇ ਵਿੱਚ EWS ਵਾਲੇ ਕੈਟਾਗਰੀ ਵਾਲੇ ਕੈਂਡੀਡੇਟ ਜਿਹੜੇ ਜਨਰਲ 'ਚ ਜਾਈ ਜਾਣਗੇ ਉਹਦੇ ਜਨਰਲ ਦੀ ਸੋਰਰੀ ਜਨਰਲ EWS ਦੇ ਕੈਂਡੀਡੇਟ ਜਿਹੜੇ ਜਨਰਲ 'ਚ ਜਾਈ ਜਾਣਗੇ ਤੇ EWS ਦੀਆਂ ਸੀਟਾਂ ਜਿਹੜੀਆਂ ਖਾਲੀ ਹੋ ਜਾਣਗੀਆਂ ਆਈਡਬਲਯੂਐਸ ਨੂੰ ਬਹੁਤ ਵੱਡਾ ਫਾਇਦਾ ਜਿਹੜਾ ਇਹਦੇ ਵਿੱਚ ਹੋਊਗਾ ਸੈਕੰਡ ਤੇ ਥਰਡ ਲਿਸਟ ਦੇ ਵਿੱਚ ਇਹਦੀ ਵੀ ਮੈਰਿਟਾ ਜਿਹੜੀ ਆਈਡਬਲਯੂਐਸ ਦੀ ਇਹ ਲਗਭਗ 55 ਨੰਬਰ ਤੱਕ ਆ ਸਕਦੀ ਹੈ ਜਨਨ ਕਿ ਪੰਜ ਚਾਰ ਨੰਬਰ ਹੋਰ ਮੈਰਿਟਾ ਜਿਹੜੀ ਕਟੂਗੀ ਹੀ ਕਟੂਗੀ ਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਐਕ ਸਰਵਿਸਮੈਨ ਅ ਐਕ ਸਰਵਿਸਮੈਨ ਜਨਰਲ ਦੀ ਜਿਹਦੇ ਵਿੱਚੋਂ 119 ਪੋਸਟਾਂ ਨੇ ਪਰ ਸਿਰਫ ਇਹਦੇ ਵਿੱਚ 21 ਬੰਦੇ ਹੀ ਬੁਲਾਏ ਗਏ ਨੇ 49 ਨੰਬਰੇ ਦੀ ਕੱਟਆਫ ਰੱਖੀ ਗਈ ਹੈ ਤਾਂ ਪੋਸਟਾਂ ਜਦੋਂ ਡੀ ਰਿਜ਼ਰਵ ਹੋਣਗੀਆਂ ਤਾਂ 98 ਪੋਸਟਾਂ ਫਿਲਹਾਲ ਬਾਕੀ ਨੇ ਐਕਸ ਸਰਵਿਸਮੈਨ ਜਰਨਲ ਦੇ ਵਿੱਚ ਇਹਦਾ ਸਭ ਤੋਂ ਵੱਡਾ ਫਾਇਦਾ ਜਰਨਲ ਕੈਟਾਗਰੀ ਨੂੰ ਹੋਊਗਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਰਨਲ ਦੇ 663 ਪੋਸਟਾਂ ਦਾ ਸਿੱਧੀਆਂ ਨੇ ਇਹਦੇ ਵਿੱਚ ਜਦੋਂ ਐਕਸ ਸਰਵਿਸਮੈਨ ਜਰਨਲ ਦੀਆਂ ਖਾਲੀ ਰਹਿਣਗੀਆਂ ਤਾਂ ਲਗਭਗ 100 ਪੋਸਟ ਹੋਰ ਪਲੱਸ ਹੋਊਗੀ ਇਸ ਕਰਕੇ ਜਰਨਲ ਦੀ ਜਿਹੜੀ ਕੱਟਆਫ ਹੈ ਜਿਹੜੀ ਆਪਾਂ ਓਪਨ ਦੀ ਜਕਰ ਗੱਲ ਕਰੀਏ ਤਾਂ ਉਹ 60-62 ਨੰਬਰ ਤੇ ਆਜੂਗੀ ਜਿਹੜੀ ਹੁਣ 65 ਨੰਬਰ ਤੇ ਖੜੀ ਹੈ ਤਾਂ ਈ ਐਕਸ ਐਕਸ ਸਰਵਿਸਮੈਨ ਜਿਹੜੇ ਜਰਨਲ ਕੈਂਡੀਡੇਟ ਕੈਂਡੀਡੇਟ ਨੇ ਮੈਂ ਤੁਹਾਨੂੰ ਤਾਂ ਹੀ ਕਿਹਾ ਸੀ ਵੀ ਵੀਡੀਓ ਨੂੰ ਸੁਣਿਓ ਧਿਆਨ ਨਾਲ ਕਿਉਂਕਿ ਮੈਂ ਸਿਰਫ ਤੁਹਾਨੂੰ ਬੋਲ ਕੇ ਦੱਸੂਗਾ ਕਿ ਕਿਹੜੀ ਕੈਟਾਗਰੀ ਨੂੰ ਕਿੰਨਾ ਫਾਇਦਾ ਜਿਹੜਾ ਹੋਣਾ ਇਹਦਾ ਕਿਉਂਕਿ ਜਰਨਲ ਦੇ 98 ਪੋਸਟਾਂ ਖਾਲੀ ਨੇ ਡੀ ਰਿਜ਼ਰਵ ਹੋ ਕੇ ਜਰਨਲ ਨੂੰ ਮਿਲਣਗੀਆਂ ਐਕਸ ਸਰਵਿਸਮੈਨ ਦੀਆਂ ਇਸ ਕਰਕੇ ਉਹਨਾਂ ਨੂੰ 100 ਸੀਟ ਦਾ ਜਿਹੜਾ ਸਿੱਧਾ ਫਾਇਦਾ ਹੋਣਾ ਤਾਂ ਇਸ ਤੋਂ ਬਾਅਦ ਜੇਕਰ ਆਪਾਂ ਫਰੀਡਮ ਫਾਈਟਰ ਦੀ ਗੱਲ ਕਰੀਏ ਇਹਦੇ ਵਿੱਚ ਟੋਟਲ 60 ਪੋਸਟਾਂ ਸੀ 27 ਪੋਸਟਾਂ ਹਲੇ ਵੀ ਖਾਲੀ ਪਈਆਂ ਨੇ ਤਾਂ ਇਹਨਾਂ ਦੀ ਵੀ ਲਿਸਟ ਆਊਗੀ ਇਸੇ ਤਰ੍ਹਾਂ ਜਨਰਲ ਸਪੋਰਟਸ ਦੇ ਵਿੱਚ 34 ਪੋਸਟਾਂ ਸੀ ਤੇ 8 ਪੋਸਟਾਂ ਖਾਲੀ ਨੇ ਜੀ ਸਿਰਫ ਇਹਦੇ ਵਿੱਚ 26 ਬੰਦਿਆਂ ਦੀ ਲਿਸਟ ਹੀ ਹਲੇ ਤੱਕ ਜਾਰੀ ਹੋਈ ਹੈ ਤਾਂ ਇਹਦੀ ਮੈਰਿਟ ਜਿਹੜੀ 55 ਤੇ ਆ ਇਹ ਮੈਰਿਟ ਵੀ ਇਹਦੀ 55 53 ਤੱਕ ਜਾ ਸਕਦੀ ਹੈ ਇਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਐਸ ਐਕ ਸਰਵਿਸਮੈਨ ਐਮਬੀ ਕੈਟਾਗਰੀ ਜਿਹਦੇ ਵਿੱਚ 34 ਪੋਸਟਾਂ ਸੀ ਸਿਰਫ 3 ਤਿੰਨ ਬੰਦੇ ਹੀ ਬੁਲਾਏ ਗਏ ਨੇ 31 ਪੋਸਟਾਂ ਐਮਬੀ ਦੀਆਂ ਖਾਲੀ ਪਈਆਂ ਨੇ ਤਾਂ ਜਿੰਨੇ ਐਮਬੀ ਕੈਟਾਗਰੀ ਦੇ ਸਾਰੇ ਸਟੂਡੈਂਟ ਨੇ ਐਕ ਸਰਵਿਸਮੈਨ ਉਹ ਸਾਰੇ ਸਿਲੈਕਟ ਹੋਣਗੇ ਸੈਕੰਡ ਲਿਸਟ ਦੇ ਵਿੱਚ ਇਸ ਤੋਂ ਬਾਅਦ ਆਰਓ ਕੈਟਾਗਰੀ ਦੇ ਵਿੱਚ ਟੋਟਲ 34 ਪੋਸਟਾਂ ਸੀ ਆਰਓ ਐਕਸ ਸਰਵਿਸਮੈਨ ਦੇ ਵਿੱਚ ਜਿਹਦੇ ਵਿੱਚੋਂ 22 ਪੋਸਟਾਂ ਖਾਲੀ ਨੇ ਪਹਿਲੀ ਲਿਸਟ ਅਕੋਰਡਿੰਗ ਸਿਰਫ 12 ਬੰਦੇ ਹੀ ਬੁਲਾਈ ਗਏ ਨੇ ਤੇ ਇਸ ਤੋਂ ਬਾਅਦ ਸਪੋਰਟਸਮੈਨ ਦੀ ਜੇਕਰ ਆਪਾਂ ਗੱਲ ਕਰੀਏ ਜਨਰਲ ਸਪੋਰਟਸ ਦੇ ਵਿੱਚ 34 ਪੋਸਟਾਂ ਸੀ ਕੁੱਲ ਜਿਹਦੇ ਵਿੱਚੋਂ 8 ਪੋਸਟਾਂ ਫਿਲਹਾਲ ਵੀ ਖਾਲੀ ਨੇ ਇਹਦੀ ਆਪਾਂ ਗੱਲ ਕਰ ਲਈ ਹੈ ਤਾਂ ਇਹਦੇ ਵਿੱਚ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਇੱਕ ਸਰਵਿਸਮੈਨ BC ਕੈਟਾਗਰੀ ਦੀ BC ਕੈਟਾਗਰੀ ਦੀ ਇੱਕ ਸਰਵਿਸਮੈਨ ਦੇ ਵਿੱਚ ਟੋਟਲ 34 ਪੋਸਟਾਂ ਸੀ ਜਿਦੇ ਵਿੱਚੋਂ 11 ਕੈਂਡੀਡੇਟ ਹੀ ਬੁਲਾਏ ਗਏ ਨੇ ਤੇ 23 ਪੋਸਟਾਂ ਖਾਲੀ ਨੇ ਤੇ 37 ਨੰਬਰੇ ਦੀ ਕੱਟਆਫ ਹੋਇਆ ਯਾਨੀ ਕਿ ਜਿਹੜੀਆਂ 23 ਪੋਸਟਾਂ ਖਾਲੀ ਨੇ ਜਦੋਂ ਸੈਕੰਡ ਲਿਸਟ ਆਉਗੀ ਤਾਂ 23 ਪੋਸਟਾਂ ਜੇਕਰ ਉਹਦੇ ਵਿੱਚ ਕੈਂਡੀਡੇਟ ਹੋਣਗੇ ਤਾਂ ਉਹ ਬੁਲਾਏ ਜਾਣਗੇ ਨਹੀਂ ਇਹ ਪੋਸਟਾਂ BC ਕੈਟਾਗਰੀ ਦੇ ਵਿੱਚ ਡੀ ਰਿਜ਼ਰਵ ਹੋ ਜਾਣਗੀਆਂ ਤਾਂ ਜਿਹੜੀ BC ਕੈਟਾਗਰੀ ਦੇ 170 ਪੋਸਟਾਂ ਨੇ ਉਹ ਵੱਧ ਕੇ 200 ਦੇ 190 ਦੇ ਨੇੜੇ ਤੇੜੇ ਜਾ ਸਕਦੀਆਂ ਨੇ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਆਰਓ ਕੈਟਾਗਰੀ ਦੀ ਆਰਓ სპੋਰਟਸਮੈਨ ਐਮਬੀ ਦੀ ਸੌਰੀ ਤਾਂ ਐਮਬੀ სპੋਰਟਸ ਜਿਹੜੀਆਂ ਪੋਸਟਾਂ ਨੇ ਉਹਦੇ ਵਿੱਚ 9 ਪੋਸਟਾਂ ਸੀ 6 ਪੋਸਟਾਂ ਫਿਲ ਹੋਈਆਂ ਨੇ 3 ਖਾਲੀ ਨੇ ਇਹਨਾਂ ਦੀ ਵੀ ਲਿਸਟ ਆਊਗੀ ਇਸ ਤੋਂ ਬਾਅਦ სპੋਰਟਸਮੈਨ ਆਰਓ ਦੇ ਵਿੱਚ 8 ਪੋਸਟਾਂ ਸੀ ਸਿਰਫ ਇੱਕੋ ਪੋਸਟ ਹੀ ਫੁੱਲ ਫਿਲ ਹੋਈ ਹੈ ਤਾਂ ਇਹਦੇ ਵਿੱਚ 7 ਪੋਸਟਾਂ ਖਾਲੀ ਨੇ ਜਿਹਦੀ ਮੈਰਿਟ ਆ ਜਿਹੜੀ 41 ਨੰਬਰ ਤੇ ਰੁਕੀ ਹੋਈ ਹੈ ਤਾਂ ਇਹਦੀ ਵੀ ਸੈਕੰਡ ਲਿਸਟ ਤੇ ਥਰਡ ਲਿਸਟ ਹਲੇ ਆਉਣੀ ਬਾਕੀ ਆ ਇਸ ਤੋਂ ਬਾਅਦ ਜਿਹੜੀ ਰਹਿ ਗਏ ਕੈਂਡੀਡੇਟ ਜਿਹੜੇ ਲਗਭਗ ਸਾਰੀਆਂ ਆਪਣੀਆਂ ਜਿਹੜੀਆਂ ਕੈਟਾਗਰੀਆਂ ਹੋ ਚੁੱਕੀਆਂ ਨੇ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਪਹਿਲਾਂ ਮੈਂ ਦੁਬਾਰਾ ਤੁਹਾਨੂੰ ਕਲੀਅਰ ਕਰ ਦੇਣਾ ਜਰਨਲ ਦੇ ਵਿੱਚ 663 ਪੋਸਟਾਂ ਤੈਏ ਨੇ ਤੇ ਜਰਨਲ ਜਿਹੜੀ ਇੱਕ ਸਰਵਿਸਮੈਨ ਦੀਆਂ ਲਗਭਗ 98 ਪੋਸਟਾਂ ਖਾਲੀ ਪਈਆਂ ਨੇ ਉਹ ਪੋਸਟਾਂ ਡੀ ਅਰਜ਼ਰਵ ਹੋ ਕੇ ਜਰਨਲ ਨੂੰ ਜਦੋਂ ਮਿਲਣਗੀਆਂ ਤਾਂ ਜਰਨਲ ਦੀ 100 ਪੋਸਟ ਤਾਂ ਸਿੱਧੀ ਵਧੂਗੀ ਬਾਕੀ ਬਹੁਤ ਸਾਥੀ ਇਦਾਂ ਦੇ ਨੇ ਜਿਨ੍ਹਾਂ ਦੇ ਸ਼ਾਰਟ 35 ਦੇ ਵਿੱਚ ਜਾਂ ਕਿਸੇ ਹੋਰ ਇੱਧਰ ਉੱਧਰ ਨੰਬਰ ਆਇਆ ਹੋਇਆ ਤਾਂ ਉਹ ਪੋਸਟਾਂ ਖਾਲੀ ਨੇ ਕਈ ਵਿਧ ਹੈਲਡ ਵਾਲੇ ਨੇ ਇਸ ਕਰਕੇ ਜਨਰਲ ਦੇ ਹਲੇ 200 ਕੈਂਡੀਡੇਟ ਜਿਹੜਾ ਹੋਰ ਬੁਲਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਐਮਬੀ ਦੇ ਸਾਰੇ ਕੈਂਡੀਡੇਟ ਸੈਲੈਕਟ ਹੋ ਕੇ ਬਚਤੀਆਂ ਸੀ ਟਾਰੋ ਨੂੰ ਮਿਲ ਨਹੀਂਆਂ ਤਾਂ ਆਰਓ ਦਾ ਵੀ ਲਗਭਗ 150-200 ਬੰਦਾ ਨਵਾਂ ਬੁਲਾਇਆ ਜਾਊਗਾ। ਐਸਸੀ ਸੌਰੀ ਇਹਦੇ ਵਿੱਚ ਆਰਓ ਕੈਟਾਗਰੀ ਦਾ ਤਾਂ ਇਸ ਤੋਂ ਬਾਅਦ ਬੀਸੀ ਕੈਟਾਗਰੀ ਦੀਆਂ ਪੋਸਟਾਂ ਜਿਹੜੀਆਂ ਖਾਲੀ ਨੇ ਜਿਵੇਂ 23 ਪੋਸਟਾਂ ਸਪੋਰਟਸ ਸਰਵਿਸਮੈਨ ਦੇ ਖਾਲੀ ਨੇ ਬੀਸੀ ਦੀਆਂ ਸਪੋਰਟਸ ਦੀਆਂ ਪੋਸਟਾਂ ਖਾਲੀ ਨੇ ਤਾਂ ਇਹਦੇ ਵਿੱਚ ਵੀ ਜਦੋਂ ਪੋਸਟਾਂ ਡੀ ਰਿਜ਼ਰਵ ਹੋਣਗੀਆਂ ਤਾਂ BC ਕੈਟਾਗਰੀ ਦੇ ਵਿੱਚ ਲਗਭਗ 100 ਪਲੱਸ ਨਵੇਂ ਬੰਦਾ ਜਿਹੜਾ ਅਗਲੀ ਲਿਸਟ ਦੇ ਵਿੱਚ ਬੁਲਾਇਆ ਜਾਊਗਾ ਤੇ EWS ਨੂੰ ਸਭ ਤੋਂ ਵੱਡਾ ਫਾਇਦਾ ਇਹ ਹੋਊਗਾ EWS ਦੇ ਵਿੱਚ ਜਿਹੜਾ ਜਿਵੇਂ ਜਿਵੇਂ ਜਰਨਲ ਦੀਆਂ ਸੀਟਾਂ ਫੁੱਲ ਹੋਣਗੀਆਂ ਜਰਨਲ ਜਿਨ੍ਹਾਂ ਨੇ ਦੋ ਕੈਟਾਗਰੀ ਵਿੱਚ ਅਪਲਾਈ ਕੀਤਾ ਤਾਂ ਉਹਨਾਂ ਨੂੰ ਆਪਣੀ ਪਹਿਲਾ ਕੈਟਾਗਰੀ ਪਹਿਲੀ ਕੈਟਾਗਰੀ ਵਿੱਚ ਜਾਣਗੇ ਜਦੋਂ ਉਹ ਜਰਨਲ ਦੇ ਵਿੱਚ ਚਲੇ ਜਾਣਗੇ ਤਾਂ ਉਹਨਾਂ ਦੀ EWS ਦੀ ਸੀਟਾਂ ਜਿਹੜੀ ਖਾਲੀ ਹੋ ਜੂਗੀ ਤਾਂ EWS ਦੇ ਵਿੱਚ ਲਗਭਗ 100 ਤਲਸ ਬੰਦਾ ਜਿਹੜਾ ਨਵਾਂ ਬੁਲਾਇਆ ਜਾਊਗਾ ਤਾਂ ਜੇਕਰ ਆਪਾਂ ਗੱਲ ਕਰੀਏ ਕੱਟਆਫ ਦੀ ਜਰਨਲ ਦੀ ਜਿਹੜੀ ਹੁਣ ਕੱਟਆਫ 65 ਤੇ ਖੜੀ ਹੈ ਤਾਂ ਇਹ ਲਗਭਗ 60 ਦੇ ਨੇੜੇ ਤੇ ਡੇ ਆਜੂਗੀ ਐਮਬੀ ਕੈਟਾਗਰੀ ਦੇ ਸਾਰੇ ਕੈਂਡੀਡੇਟਸ ਸਿਲੈਕਟ ਹੋ ਜਾਣਗੇ ਆਰਓ ਕੈਟਾਗਰੀ ਦੀ ਕੱਟਆਫ ਜਿਹੜੀ ਇਹ 50 ਤੇ ਆਜੂਗੀ ਕਿਉਂਕਿ ਹੁਣ 56 ਤੇ ਹੈ ਤੇ ਐਮਬੀ ਐਕ ਸਰਵਿਸਮੈਨ ਦੀਆਂ ਵੀ ਸਾਰੇ ਸਿਲੈਕਟ ਹੋ ਜਾਣਗੇ ਆਰਓ ਦੀ ਮੈਂ ਕੱਟਆਫ ਜਿਹੜੀ ਆਰਓ ਐਕ ਸਰਵਿਸਮੈਨ ਦੀ 35 ਤੇ ਆ ਸਕਦੀ ਹੈ ਇਸੇ ਤਰ੍ਹਾਂ ਜੇਕਰ ای ڈبلیو ایس ਦੀ ਗੱਲ ਕਰੀਏ ਤਾਂ ای ڈبلیو ایس ਦੀ ਜਿਹੜੀ ਕਟਆਫ ਆ ਉਹ 54 55 ਨੰਬਰ ਤੱਕ ਕਲੇ ਸੇਫ ਹੋ ਸਕਦੇ ਆ। BC ਦੀ ਜੇਕਰ ਆਪਾਂ ਗੱਲ ਕਰੀਏ ਜਿਹੜੀ ਕਟਆਫ ਹੁਣ 59 ਨੰਬਰ ਹੈ ਤਾਂ ਇਹਦੇ ਵਿੱਚ BC ਦੇ ਵਿੱਚ 52 53 ਨੰਬਰ ਵਾਲੇ ਕੈਂਡੀਡੇਟ ਆ ਜਿਹੜੇ ਸਾਰੇ ਸਿਲੈਕਟ ਹੋ ਸਕਦੇ ਆ। ਇਸ ਤੋਂ ਬਾਅਦ ਜਨਰਲ ਐਕ ਸਰਵਿਸਮੈਨ ਦੇ ਜਿਹੜੇ ਸਾਰੇ ਕੈਂਡੀਡੇਟ ਸਿਲੈਕਟ ਹੋ ਜਾਣਗੇ ਕਿਉਂਕਿ ਪੋਸਟਾਂ ਬਹੁਤ ਖਾਲੀ ਪਈਆਂ ਨੇ। ਬਾਕੀ ਫ੍ਰੀਡਮ ਫੈਕਟਰ ਦੇ ਜਿੰਨੇ ਨੇ ਸਾਰੇ ਸਿਲੈਕਟ ਹੋ ਜਾਣਗੇ ਕਿਉਂਕਿ 27 ਪੋਸਟਾਂ ਹਲੇ ਵੀ ਖਾਲੀ ਨੇ ਸਪੋਰਟਸ ਜਿੰਨੇ ਵੀ ਕੈਟਾਗਰੀਆਂ ਨੇ ਸਾਰੇ ਉਹ ਸਿਲੈਕਟ ਹੋ ਜਾਣਗੇ ਤਾਂ ਇਹ ਸੀ ਕਿ ਕੱਲੀ-ਕੱਲੀ ਕੈਟਾਗਰੀ ਦੀ ਜਾਣਕਾਰੀ ਜੇਕਰ ਤੁਹਾਨੂੰ ਕਿਤੇ ਵੀ ਕੁਝ ਸਮਝ ਨਹੀਂ ਲੱਗਿਆ ਕਿ ਕੱਟਆਫ ਕਿਹੜੀ ਕੈਟਾਗਰੀ ਦੀ ਕਿੰਨੀ ਜਾ ਸਕਦੀ ਹੈ ਤਾਂ ਮੈਨੂੰ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਦਿਓ ਮੈਂ ਤੁਹਾਨੂੰ ਕਮੈਂਟ ਦੇ ਥਰੂ ਜਵਾਬ ਦੇ ਦੂੰਗਾ ਜਾਂ ਜਿਵੇਂ-ਜਿਵੇਂ ਪਹਿਲੀ ਲਿਸਟ ਕੰਪਲੀਟ ਹੋਊਗੀ ਤਾਂ ਉਸ ਤੋਂ ਬਾਅਦ ਪ੍ਰੋਪਰ ਆਪਾਂ ਕੱਟਆਫ ਦੁਬਾਰਾ ਤੋਂ ਤਿਆਰ ਕਰਾਂਗੇ ਵੀ ਕਿੰਨੇ ਬੰਦੇ ਨੇ ਜੁਆਇਨ ਕੀਤਾ ਕਿੰਨੇ ਹਲੇ ਬਾਕੀ ਨੇ ਕਿੰਨੀਆਂ ਪੋਸਟਾਂ ਹਲੇ ਵੀ ਬਾਕੀ ਨੇ ਕਿੰਨੇ ਬਿੱਦ ਬਿੱਦ ਹੇਲਡ ਵਾਲੇ ਰਹਿ ਗਏ ਇਸ ਕਰਕੇ ਤੁਸੀਂ ਚੈਨਲ ਤੇ ਬਨੇ ਰਹੋ ਤੇ ਆਪਣੇ ਕੱਲੇ ਕੱਲੇ ਬੰਦੇ ਨੇ ਆਪਣੇ ਕਮੈਂਟ ਦੇ ਵਿੱਚ ਨੰਬਰ ਜਰੂਰ ਜਿਹੜੇ ਉਹ ਕਮੈਂਟ ਕਰਨੇ ਆ ਜਿਨ੍ਹਾਂ ਦਾ ਨੰਬਰ ਪਹਿਲੀ ਲਿਸਟ ਦੇ ਵਿੱਚ ਨਹੀਂ ਆਇਆ ਖਾਸ ਕਰਕੇ ਉਹ ਬੰਦੇ ਜਰੂਰ ਆਪਣੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਨਾ ਤਾਂ ਕਿ ਆਪਾਂ ਨੂੰ ਪਤਾ ਲੱਗ ਸਕੇ ਕਿ ਕਿੱਥੇ ਕਿੱਥੇ ਤੁਹਾਡੇ ਨੰਬਰ ਖੜੇ ਨੇ ਤੇ ਕਿੰਨੀ ਕਟਆਫ ਹੈ ਜਿਹੜੀ ਉਹ ਡਾਊਨ ਜਾ ਸਕਦੀ ਹੈ ਵੀਡੀਓ ਨੂੰ ਕਰ ਦਿਓ ਬਤ ਤੋਂ ਬਾਅਦ ਸ਼ੇਅਰ ਤਾਕੇ ਸਾਰੇ ਸਾਥੀਆਂ ਤੱਕ ਇਹ ਅਪਡੇਟ ਆ ਜਿਹੜੇ ਪਹੁੰਚ ਸਕੇ ਅਤੇ ਚੈਨਲ ਤੇ ਬਣੇ ਰਹੋ ਥੈਂਕ ਯੂ ਸੋ ਮਚ